ਆ ਪ੍ਰਧਾਨ ਫਿਰ ਮੈਦਾਨ ਚ ਜੇ ਉਤਾਰਨਾ ਪੜੇਗਾ। ਤਾਂ ਬਾਜਵਾ ਹੋਰਾਂ ਨੇ ਕਿਹਾ ਕਿ ਮੈਂ ਵੀ ਇੱਥੇ ਘਰ ਲੱਭ ਰਿਹਾ, ਮੈਂ ਵੀ ਇੱਥੇ ਡੇਰੇ ਲਗਾ ਲੈਣੇ, ਤੁਸੀਂ ਘਰ ਦੇਖ ਲਿਆ। ਰਵਨੀਤ ਬਿੱਟੂ ਵੀ ਦੇਖ ਰਹੇ ਹੋਣੇ, ਕੁਛ ਕਹਿਣਾ ਚਾਹੋਗੇ ਕਿਉਂਕਿ ਬਿੱਟੂ ਹੋਰਾਂ ਦੇ ਘਰ ਪਹੁੰਚੇ ਹੋ? ਬਸ ਮੈਂ ਕਹਿਣਾ ਚਾਹੂੰਗਾ ਬਿੱਟੂ ਜੀ ਨੂੰ ਕਿ ਵੱਡੇ ਭਰਾ ਆ ਗਿਆ ਮੈਂ ਮੈਦਾਨ ਦੇ ਵਿੱਚ। ਬੜਿੰਗ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਪ੍ਰਧਾਨ ਫਿਰ ਮੈਦਾਨ ਚ ਜੇ ਉਤਾਰਨਾ ਪੜੇਗਾ ਪਊਗਾ। ਰਾਹੁਲ ਗਾਂਧੀ ਦਾ ਜਰਨਲ ਜਿਹੜਾ ਹੈ ਉਹ ਖੜਾ ਹੈ ਲੜਨ ਵਾਸਤੇ, ਤੇ ਅੱਜ ਨਕਮਸਤਕ ਹੋਣ ਚੱਲਿਆ ਲੁਧਿਆਣਾ ਦੇ ਲੋਕਾਂ ਦੇ ਸਾਹਮਣੇ, ਔਰ ਪਹਿਲੀ ਫੇਰੀ ਹੈ। ਪੂਰੀ ਤਿਆਰੀ ਦੇ ਨਾਲ, ਜੋ ਜਲਾਲ ਦੇ ਨਾਲ, ਸਭ ਤੀਰ ਸਿਪਾਹੀ ਜਿਹੜੇ ਘੋੜੇ ਹੈ ਸਭ ਨਾਲ ਲੈ ਕੇ ਜਾ ਰਹੇ। ਪਿਛਲੇ ਇੰਟਰਵਿਊ ਚ ਮੈਂ ਕਿਹਾ ਸੀ ਕਿ ਜਰਨੈਲ ਨੂੰ ਮੈਦਾਨ ਚ ਖੁਦ ਉਤਰਨਾ ਪਏਗਾ, ਪਿਛਲੇ ਜਦੋਂ ਆਪਣੀ ਕਿਹਾ ਸੀ ਤਾਂ ਫਿਰ ਤੁਹਾਡੀ ਗੱਲ ਮੰਨ ਲਈ। ਜੇ ਜਰਨੈਲ ਨੀ ਤੁਸੀਂ ਕਿਹਾ ਕਿ ਉਤਰਨਾ ਪਏਗਾ ਤਾਂ ਮੈਂ ਉਤਰ ਗਿਆ, ਤੇ ਰਾਹੁਲ ਗਾਂਧੀ ਦਾ ਹੁਕਮ ਮੰਨ ਕੇ ਅੱਜ ਲੁਧਿਆਣਾ ਦੀ ਧਰਤੀ ਤੇ ਪਹੁੰਚ ਗਏ। ਚਲੋ ਅੱਗੇ ਗੱਲਬਾਤ ਜਿਹੜੀ ਹੈ ਉਹ ਜਾਰੀ ਰੱਖਾਂਗੇ ਕਿ ਇਸ ਵੇਲੇ ਰਾਜਾ ਵੜਿੰਗ ਜਦੋਂ ਲੁਧਿਆਣਾ ਪਹੁੰਚੇ ਨੇ ਤਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਹਾਂ। ਰਾਜਾ ਵੜਿੰਗ ਇਸ ਵੇਲੇ ਲੁਧਿਆਣਾ ਪਹੁੰਚੇ ਨੇ, ਵਰਕਰ ਜਿਹੜੇ ਨੇ ਉਹਨਾਂ ਨੂੰ ਮਿਲ ਰਹੇ ਨੇ। ਇਸ ਵੇਲੇ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਸ਼ਾ ਨਜ਼ਰ ਆ ਰਿਹਾ, ਕਿਉਂਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੀਗੇ ਲੇਕਿਨ ਉਹਨਾਂ ਨੇ ਬੀਜੇਪੀ ਸ਼ਾਮਲ ਹੋਏ ਤਾਂ ਹੁਣ ਰਾਹੁਲ ਗਾਂਧੀ ਨੇ ਕਹਿ ਦਿੱਤਾ। ਬਠਿੰਡਾ ਤੋਂ ਲੁਧਿਆਣਾ ਕਿਸ ਤਰੀਕੇ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲਦਾ ਜਦੋਂ ਲੁਧਿਆਣਾ ਤੁਸੀਂ ਪਹੁੰਚਦੇ ਹੋ? ਅਸਰ ਤੁਸੀਂ ਦੇਖ ਰਹੇ ਹੋ ਜਿਸ ਪ੍ਰਕਾਰ ਦਾ ਲੋਕਾਂ 'ਚ ਮਾਹੌਲ ਹੈ, ਪਿਆਰ ਹੈ, ਲੋਕ ਕਿੰਨੇ ਸਤਿਕਾਰ ਦੇ ਨਾਲ ਅੱਜ ਚਾਹ ਦੇ ਨਾਲ ਮਿਲਣ ਵਾਸਤੇ ਕਿੰਨੇ ਨੌਜਵਾਨ ਸਾਥੀ ਆਏ ਹੈ, ਮੈਂ ਬੜਾ ਮਸ਼ਕੂਰ ਹਾਂ ਇਹਨਾਂ ਲੋਕਾਂ ਦਾ। ਔਰ ਮੈਨੂੰ ਲੱਗਦਾ ਕਿ ਇਹ ਸਫ਼ਰ ਜਿਹੜਾ ਹੈ ਬਹੁਤ ਵੱਡਾ ਪੜਾਅ ਆਉਣ ਵਾਲੇ ਸਮੇਂ 'ਚ ਤੈਅ ਕਰੇਗਾ। ਪ੍ਰਤਾਪ ਬਾਜਵਾ ਹੋਰਾਂ ਨੇ ਕਿਹਾ ਕਿ ਮੈਂ ਵੀ ਇੱਥੇ ਘਰ ਲੱਭ ਰਿਹਾ, ਮੈਂ ਵੀ ਇੱਥੇ ਡੇਰੇ ਲਗਾ ਲੈਣੇ। ਤੁਸੀਂ ਘਰ ਦੇਖ ਲਿਆ, ਤੁਹਾਡਾ ਘਰ ਕਿੱਥੇ ਹੋਏਗਾ ਲੁਧਿਆਣੇ ਦੇ ਵਿੱਚ? ਅੱਜ ਸਾਰਾ ਸਮਾਨ ਨਾਲ ਹੈ, ਘਰ ਆਲਰੇਡੀ ਵੇਖ ਲਿਆ ਤੇ ਰਾਜਾ ਵੜਿੰਗ ਹੁਣ ਉੱਥੇ ਅੱਜ ਰਾਤ ਨੂੰ ਡੇਰਾ ਲਾ ਲਏਗਾ। ਬਾਕੀ ਮੇਰਾ ਘਰ ਜਦੋਂ ਬਠਿੰਡੇ ਦੀ ਚੋਣ ਲੜਿਆ ਸੀ, ਸਾਰੀਆਂ ਝੁੱਗੀਆਂ ਝੋਪੜੀਆਂ, ਛੋਟੇ ਛੋਟੇ ਘਰ, ਛੋਟੇ ਛੋਟੇ ਟੈਂਪੂ ਵਾਲਿਆਂ ਦੇ ਘਰ, ਦਿਹਾੜੀ ਵਾਲਿਆਂ ਦੇ ਘਰ, ਉਹ ਮੇਰੇ ਘਰ ਸਨ। ਸਾਰਾ ਲੁਧਿਆਣਾ ਮੇਰਾ ਘਰ ਹੈ। ਮੈਨੂੰ ਨਹੀਂ ਲੱਗਦਾ ਕਿਹਨੂੰ ਕਹੂੰਗਾ ਵੀ ਇੱਥੇ ਸੌਣਾ, ਕਿਉਂਕਿ ਨਾਲੇ ਸਾਡਾ ਕੀ ਹੈ, ਜਿੱਥੇ ਮਰਜ਼ੀ ਆਪਦਾ ਗਦੇਲਾ ਵਿਛਾ ਕੇ ਸੌਂ ਜਾਇਆ ਕਰਾਂਗੇ। ਲੇਕਿਨ ਸਟ੍ਰੈਟਜੀ ਕੀ ਹੈ, ਕਿਉਂਕਿ ਰਵਨੀਤ ਸਿੰਘ ਬਿੱਟੂ ਨਾਲ ਤਾਂ ਸਾਰੇ ਏਰੀਏ ਦਾ ਪਤਾ ਹੈ, ਕਾਂਗਰਸ ਦੇ ਇਕੱਲੇ ਇਕੱਲੇ ਘਰ ਦਾ ਵੀ ਪਤਾ ਹੈ, ਤਾਂ ਫਿਰ ਤੁਹਾਡੀ ਸਟ੍ਰੈਟਜੀ ਕੀ ਰਹਿਣ ਵਾਲੀ? ਰਾਜਾ ਵੜਿੰਗ ਨੂੰ ਮੈਨੂੰ ਲੱਗਦਾ, ਬੇਸ਼ੱਕ ਮੈਂ ਇੱਥੋਂ ਨਹੀਂ ਲੜਿਆ ਚੁਣਾਵ, ਪਰ ਮੈਨੂੰ ਬਿੱਟੂ ਨਾਲੋਂ ਜ਼ਿਆਦਾ ਪਤਾ ਹੈ, ਕਿਉਂਕਿ ਪ੍ਰਧਾਨ ਹੋਣ ਦੇ ਨਾਤੇ ਜਿਸ ਪ੍ਰਕਾਰ ਮੈਂ ਹਰ ਬੂਥ ਦੇ ਵਰਕਰ ਨੂੰ ਜਾਣਦਾ, ਹਰ ਵਿਅਕਤੀ ਨੂੰ ਜਾਣਦਾ। ਜਦੋਂ ਮੈਨੂੰ ਬਠਿੰਡੇ ਗਿਆ ਸੀਗਾ ਮੈਂ, ਉਦੋਂ ਵੀ ਕਹਿੰਦੇ ਸੀ ਨਵਾਂ ਸੀ, ਜਦੋਂ ਮੈਂ ਗਿੱਦੜਵਾ ਗਿਆ ਉਹ ਕਹਿੰਦੇ ਕਿ ਉਦੋਂ ਵੀ ਮੈਂ ਮੁਕਤਸਰ ਦਾ ਰਹਿਣ ਵਾਲਾ ਸਾਂ, ਲੇਕਿਨ ਸੱਚੇ ਪਾਤਸ਼ਾਹ ਨੇ ਉਹ ਪਾਰ ਕਿਰਪਾ ਕੀਤੀ। ਜਾਣ ਪਛਾਣ ਤੁਸੀਂ ਕਿਸੇ ਨੂੰ ਰਾਹ ਜਾਂਦੇ ਨੂੰ ਪੁੱਛ ਲਓਗੇ, ਉਹ ਕਹਿਣਗੇ ਅਸੀਂ ਰਾਜਾ ਵੜਿੰਗ ਨੂੰ ਵਧੇਰੇ ਜਾਣਦੇ ਹਾਂ। ਰਵਨੀਤ ਬਿੱਟੂ ਵੀ ਦੇਖ ਰਹੇ ਹੋਣੇ, ਕੁਛ ਕਹਿਣਾ ਚਾਹੋਗੇ ਕਿਉਂਕਿ ਬਿੱਟੂ ਹੋਰਾਂ ਦੇ ਘਰ ਪਹੁੰਚੇ ਹੋ? ਬਸ ਮੈਂ ਕਹਿਣਾ ਚਾਹੂੰਗਾ ਬਿੱਟੂ ਜੀ ਨੂੰ ਕਿ ਵੱਡੇ ਭਰਾ ਆ ਗਿਆ ਮੈਂ ਮੈਦਾਨ ਦੇ ਵਿੱਚ, ਹੁਣ ਵੇਖਦੇ ਹਾਂ ਕੀ ਹੁੰਦਾ। ਮੈਂ ਹਵਾਦਾਰ ਜਿਹੜੀ ਏਸੀ ਹੈ ਉਹਨਾਂ ਦੀ ਹਵਾ ਲੈਣ ਨਹੀਂ ਆਇਆ, ਔਰ ਕਹਿੰਦੇ ਕੁਰਸੀਆਂ ਇਕੱਠੀਆਂ ਕਰ ਰਹੇ, ਨਾ ਮੈਂ ਕੁਰਸੀਆਂ ਇਕੱਠੀਆਂ ਕਰਨਾ ਹੈ। ਸਾਰਾ ਸਾਜੋ ਸਮਾਨ, ਸਾਰਾ ਆਪਦੇ ਦਿਮਾਗ ਦੇ ਨਾਲ, ਸਾਰੀ ਤਿਆਰੀ ਦੇ ਨਾਲ ਆਇਆ। ਹੁਣ ਤੁਸੀਂ ਆਪਦਾ ਤੁਸੀਂ ਦੱਸਣਾ ਕਿ ਰਾਜਾ ਵੜਿੰਗ ਕੀ ਕਰਨ ਵਾਸਤੇ ਆਇਆ, ਕਿਉਂਕਿ ਤੁਸੀਂ ਬਿੱਟੂ ਹੋਰਾਂ ਨੂੰ ਗੱਦਾਰ ਕਹਿ ਦਿੱਤਾ ਸੀ, ਤੁਸੀਂ ਕਿਹਾ ਸੀ ਬੇਅੰਤ ਸਿੰਘ ਹੋਰਾਂ ਸਿਰਫ ਕਾਂਗਰਸ ਦੇ ਨੇ, ਉਹ ਬੀਜੇਪੀ ਦੇ ਕਿਵੇਂ ਤਸਵੀਰਾਂ ਜਿਹੜੀਆਂ ਉਹ ਲੱਗ ਸਕਦੀਆਂ ਨੇ? ਮੈਂ ਬਿੱਟੂ ਨੂੰ ਗੱਦਾਰ ਨਹੀਂ ਕਹਿ ਰਿਹਾ ਕਾਇੰਡਲੀ, ਮੈਂ ਕਹਿੰਦਾ ਕਿ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਔਖੇ ਸਮੇਂ ਤੇ ਛੱਡ ਜਾਣਾ ਗੱਦਾਰੀ ਹੈ। ਲੋਕ ਵੈਸੇ ਹੀ, ਕਿਉਂਕਿ ਤੁਸੀਂ ਦੇਖਿਆ ਹੋਣਾ ਦੇਸ਼ ਆਜ਼ਾਦ ਪੰਕਜ ਜੀ 1947 ਤੋਂ ਪਹਿਲਾਂ ਹੋ ਜਾਂਦਾ, ਸ਼ਾਇਦ ਕਰਤਾਰ ਸਿੰਘ ਸਰਾਭਾ ਜੀ ਨੂੰ, ਔਰ ਭਗਤ ਸਿੰਘ ਨੂੰ, ਲਾਲਾ ਲਾਜਪਤ ਰਾਏ ਨੂੰ, ਸੁਖਦੇਵ ਜੀ ਨੂੰ ਸ਼ਾਇਦ ਸ਼ਹਾਦਤ ਦੇਣ ਦੀ ਲੋੜ ਨਾ ਪੈਂਦੀ। ਜੇ ਉਦੋਂ ਵੀ ਸਾਡੇ ਲੋਕ ਕਈ ਜਿਹੜੇ
ਰਲੇ ਨਾ ਹੁੰਦੇ ਅੰਗਰੇਜ਼ਾਂ ਦੇ ਨਾਲ, ਅੰਗਰੇਜ਼ਾਂ ਨਾਲ ਉਹ ਰਲ ਗਏ ਸਨ, ਇਸ ਕਰਕੇ ਸਾਨੂੰ ਬੜੀ ਮੁਸ਼ਕਿਲ ਤੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਲੈਣੀ ਪਈ। ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਲੜਾਈ ਹੈ, ਇਹਦੇ ਵਿੱਚ ਲੋਕਾਂ ਨੇ ਬੜਾ ਵੱਡਾ ਨਿਰਣਾਇਕ ਫੈਸਲਾ ਲੈਣਾ ਹੈ। ਤੁਸੀਂ ਦੇਖ ਲਿਓ ਕੀ ਹੋਏਗਾ ਫੈਸਲਾ, ਤੁਹਾਡੇ ਸਾਹਮਣੇ ਹੋਏਗਾ, ਨਤੀਜਾ ਤੁਹਾਡੇ ਸਾਹਮਣੇ ਆਏਗਾ। ਭਗਤ ਭੂਸ਼ਣ ਆਸ਼ੂ ਮਨਾ ਲਏ, ਥੋੜਾ ਜਿਹਾ ਉਹਨਾਂ ਨੂੰ ਝਟਕਾ ਜ਼ਰੂਰ ਲੱਗਾ ਸੀ, ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਹੋਣਗੇ, ਸਿੱਧਾ ਉਹਨਾਂ ਕੋਲ ਜਾਓਗੇ ਜਾਂ ਕਿਵੇਂ, ਕਿਸ ਤਰੀਕੇ ਨਾਲ? ਆਸ਼ੂ ਜੀ ਮਨਾ ਨਹੀਂ ਲਏ, ਆਸ਼ੂ ਜੀ ਮੇਰੇ ਭਰਾ ਹੈ, ਤੁਹਾਨੂੰ ਅੱਜ ਮਿਲਣਗੇ ਆਸ਼ੂ ਜੀ ਰਸਤੇ 'ਚ। ਮੈਨੂੰ ਲੱਗਦਾ ਵੱਡੇ ਭਰਾ ਦਾ, ਔਰ ਮੈਂ ਤਾਂ ਹਮੇਸ਼ਾ ਉਹਨਾਂ ਦੇ ਨਾਲ ਖੜਾ, ਔਰ ਉਹ ਵੀ ਮੇਰੇ ਨਾਲ ਖੜੇ ਨੇ। ਪਿਛਲੀ ਇੰਟਰਵਿਊ 'ਚ ਤੁਸੀਂ ਇੱਕ ਹੋਰ ਗੱਲ ਕਹੀ ਸੀ, ਕਿਉਂਕਿ ਮੇਰੀ ਵਜ੍ਹਾ ਕਰਕੇ ਅੰਮ੍ਰਿਤਾ ਹੋਰਾਂ ਦਾ ਹੱਕ ਮਾਰਿਆ ਗਿਆ, ਬਠਿੰਡਾ ਟਿਕਟ ਨਹੀਂ ਮਿਲੀ, ਫਿਰੋਜ਼ਪੁਰ ਟਿਕਟ ਨਹੀਂ ਮਿਲੀ, ਅੰਮ੍ਰਿਤਾ ਅੱਜ ਤੁਹਾਡੇ ਨਾਲ ਨੇ, ਪਿਛਲੀ ਗੱਡੀ 'ਚੋਂ ਬੈਠੇ ਹੋਏ ਨੇ, ਉਤਸ਼ਾਹ ਬੜਾ ਅੰਮ੍ਰਿਤਾ ਹੋਰਾਂ ਦੇ ਵਿੱਚ ਨਜ਼ਰ ਆ ਰਿਹਾ ਵਾ, ਉਹ ਬੇਹੱਦ ਖੁਸ਼ ਨੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਬਠਿੰਡੇ ਤੋਂ ਤਿਆਰੀ ਕੀਤੀ ਸੀ, ਹੁਣ ਲੁਧਿਆਣੇ ਆਏ ਨੇ, ਪੂਰਾ ਪ੍ਰਚਾਰ ਅੰਮ੍ਰਿਤਾ ਤੁਹਾਡੇ ਨਾਲ ਕਰਨਗੇ। 100% ਕਿਸੇ ਚੰਗੀ ਜਿਹੜਾ ਤੁਹਾਡੀ ਧਰਮ ਪਤਨੀ ਦਾ, ਤੁਹਾਡੇ ਸਾਥੀ ਦਾ ਕੀ ਫਰਜ਼ ਹੈ, ਮੈਨੂੰ ਲੱਗਦਾ ਉਹ ਅੰਮ੍ਰਿਤਾ ਵੜਿੰਗ ਨਿਭਾਉਣਾ ਜਾਣਦੀ ਹੈ, ਔਰ ਮਗਰਲੇ 18 ਸਾਲਾਂ ਦੇ ਵਿੱਚ ਉਹਨਾਂ ਨੇ, ਜਦੋਂ ਬੰਦਾ ਲਾਵਾਂ ਲੈਂਦਾ, ਉਹਨਾਂ ਤਮਾਮ ਜਿਹੜੇ ਰੀਤੀ ਰਿਵਾਜ਼, ਮਾਂ ਵਾਲੇ, ਪਤਨੀ ਵਾਲੇ, ਭੈਣ ਵਾਲੇ, ਸਾਰੇ ਉਹ ਰੀਤੀ ਰਿਵਾਜ਼ ਨਿਭਾਏ, ਔਰ ਅੱਜ ਫਿਰ ਆਪਦੇ ਫਰਜ਼ਾਂ ਦੀ ਪੂਰਤੀ ਕਰਨ ਲੁਧਿਆਣਾ ਦੀ ਧਰਤੀ ਤੇ ਅੰਮ੍ਰਿਤਾ ਵੜਿੰਗ ਆਈ ਹੈ। ਤੁਸੀਂ ਪਿਛਲੀ ਵਾਰ ਕਿਹਾ ਸੀ ਕਿ ਉਹ ਨਾਰਾਜ਼ ਹੋ ਗਏ ਥੋੜ੍ਹਾ ਜਿਹਾ, ਤੁਸੀਂ ਗਿਲਟੀ ਹੋ, ਮੰਨ ਗਏ? ਨਾਰਾਜ਼ ਮਤਲਬ ਕਿ ਯਾਰ, ਪਰਿਵਾਰ ਦੇ ਵਿੱਚ ਨਾਰਾਜ਼ ਪੁੱਤ ਵੀ ਹੋ ਜਾਂਦਾ, ਤੁਹਾਡੀ ਧੀ ਵੀ ਹੋ ਜਾਂਦੀ ਹੈ ਕਿ ਯਾਰ ਕੋਈ ਚੀਜ਼ ਮੰਗਦੇ ਆ ਜਾਂ ਕੋਈ ਹੋਰ ਸੀ ਚੀਜ਼ ਹੁੰਦੀ ਹੈ। ਸੋ ਲੇਕਿਨ ਆਪਦੇ ਬਹੁਤੀ ਦੇਰ ਨਾਰਾਜ਼ ਨਹੀਂ ਰਹਿੰਦੇ, ਆਪਦੇ ਹੀ ਹੁੰਦੇ ਆ, ਸਿਆਣੇ ਕਹਿੰਦੇ ਆਪਦਾ ਮਾਰੂ ਛਾਵੇਂ ਸਿੱਟੂ। ਦੂਸਰਾ, ਹੁਣ ਪੂਰੇ ਪੰਜਾਬ ਨੂੰ ਵੀ ਤੁਸੀਂ ਦੇਖਣਾ, ਕਿਉਂਕਿ 13 ਸੀਟਾਂ ਦਾ ਜ਼ਿਕਰ ਹੋ ਰਿਹਾ, ਕਿਹੜੀ ਕਿਹੜੀ ਸੀਟ ਤੁਹਾਨੂੰ ਕਿਵੇਂ ਲੱਗਦੀ, ਲੁਧਿਆਣੇ ਤੋਂ ਬਾਹਰ ਕਿਵੇਂ ਤੁਸੀਂ ਪ੍ਰਚਾਰ ਕਰੋਗੇ? ਰਾਹੁਲ ਗਾਂਧੀ ਵੀ ਲੁਧਿਆਣਾ, ਜਾਣਕਾਰੀ ਮਿਲ ਰਹੀ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਆਣਗੇ, ਕਿਸ ਤਰੀਕੇ ਨਾਲ ਤੁਸੀਂ ਹੁਣ? ਸੋ ਜਿੱਥੇ ਜਿੱਥੇ ਮੈਨੂੰ ਬੁਲਾਇਆ ਜਾਊਗਾ, ਮੈਂ ਆਪਣਾ ਪ੍ਰੋਗਰਾਮ ਏਜੰਡਾ 2 ਦਿਨ ਬੈਠ ਕੇ ਇਹੀ ਕੰਮ ਕੀਤਾ, ਐਂਡ ਪੰਜਾਬ ਦੇ ਵਿੱਚ ਜਿੱਥੇ ਮੈਂ ਸੁਬਹਾ ਸਾਰੇ ਉਮੀਦਵਾਰਾਂ ਨਾਲ ਗੱਲ ਕਰਦਾ, ਔਰ ਜਿੱਥੇ ਜਿੱਥੇ ਜ਼ਰੂਰਤ ਪਏਗੀ ਮੈਂ ਉੱਥੇ ਉੱਥੇ ਪ੍ਰਚਾਰ ਕਰਨ ਵਾਸਤੇ ਪਹੁੰਚੂਗਾ ਸਮੇਂ ਦੇ ਨਾਲ, ਔਰ ਆਪਦੇ ਜਿਹੜੇ ਫਰਜ਼ਾਂ ਦੀ ਪੂਰਤੀ ਹੈ ਬਤੌਰ ਪ੍ਰਧਾਨ ਉਹ ਨਿਭਾਵਾਂ। ਇਸ ਵਾਰ ਇਲੈਕਸ਼ਨ ਬੜਾ ਦਿਲਚਸਪ ਹੈ, ਦਲਵੀਰ ਗੋਲਡੀ ਹੋਰਾਂ ਨੂੰ ਸੰਗਰੂਰ ਤੋਂ ਟਿਕਟ ਨਹੀਂ ਮਿਲੀ, ਨਾਰਾਜ਼ ਹੋ ਗਏ ਔਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਇਸੇ ਤਰੀਕੇ ਨਾਲ ਜਲੰਧਰ ਦੀ ਗੱਲ ਕੀਤੀ ਜਾਵੇ, ਚੌਧਰੀ ਪਰਿਵਾਰ ਨੂੰ ਟਿਕਟ ਨਹੀਂ ਮਿਲੀ, ਉਹ ਨਾਰਾਜ਼ ਹੋ ਗਏ। ਇਹ ਸਾਰੇ ਕਿੰਨਾ ਕੁ ਨੁਕਸਾਨ ਕਾਂਗਰਸ ਦੇ ਲਈ ਘਾਤਕ ਸਾਬਤ ਹੋ ਸਕਦਾ? ਦੇਖੋ, ਨਾਰਾਜ਼ਗੀ ਹੋਣਾ ਹੁੰਦੀ ਰਹਿੰਦੀ ਹੈ, ਪਰ ਇਸ ਤਰ੍ਹਾਂ ਜਦੋਂ ਬੰਦਾ ਬੇਵਫਾਈ ਕਰਕੇ ਜਾਂਦਾ, ਮੈਨੂੰ ਲੱਗਦਾ ਉਹਨਾਂ ਦਾ ਸਿਆਸੀ ਸੁਸਾਈਡ ਹੈ, ਰਾਜਨੀਤਿਕ ਆਤਮ ਹੱਤਿਆ ਉਹਨਾਂ ਲੋਕਾਂ ਨੇ ਕੀਤੀ ਹੈ। ਦਲਵੀਰ ਗੋਲਡੀ, ਤੁਸੀਂ ਤੁਹਾਨੂੰ ਲੱਗਦਾ ਸੁਸਾਈਡ ਕੀਤਾ? ਲੇਕਿਨ ਉਹ ਬਰਨਾਲਾ ਤੋਂ ਤਾਂ ਚਰਚਾ ਹੈ ਕਿ ਬਾਈ ਇਲੈਕਸ਼ਨ ਜੇਕਰ ਉਮੀਦਵਾਰ ਜਾਂਦੇ ਨੇ ਤਾਂ ਫਿਰ ਬਾਈ ਇਲੈਕਸ਼ਨ ਉਹਨਾਂ ਨੂੰ ਦਿੱਤੀ ਜਾਏਗੀ, ਮੰਤਰੀ ਵੀ ਬਣ ਸਕਦੇ। ਜੇਕਰ ਜਾਂਦੇ ਨੇ, ਜੇਕਰ ਨਹੀਂ ਜਾਂਦੇ ਸੁਖਪਾਲ ਸਿੰਘ ਖਹਿਰਾ ਜਿੱਤ ਜਾਂਦੇ ਨੇ ਫਿਰ, ਔਰ ਮੈਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਚੋਣਾਂ ਜਿੱਤ ਗਏ, ਕਿਉਂਕਿ ਲੁਧਿਆਣਾ ਤੁਸੀਂ ਉਹ ਲੁਧਿਆਣਾ ਦੇ 3 ਕੰਮ ਜੇ ਤੁਹਾਨੂੰ ਲੱਗੇ ਕਿ ਇਹ ਸਭ ਤੋਂ ਪਹਿਲਾਂ ਕਰਨੇ। ਸੋ ਮੈਨੂੰ ਲੱਗਦਾ ਕਿ ਹਰਿਆਣਾ ਦੀ ਇੰਡਸਟਰੀ ਤੇ ਕੰਮ ਕਰਨ ਦੀ ਲੋੜ ਹੈ, ਲੁਧਿਆਣਾ ਦੀ ਇੰਡਸਟਰੀ ਤੇ ਕੰਮ ਕਰਨ ਦੀ ਲੋੜ ਹੈ, ਲੁਧਿਆਣਾ ਦੇ ਪੋਲਿਊਸ਼ਨ ਤੇ ਕੰਮ ਕਰਨ ਦੀ ਲੋੜ ਹੈ, ਲੁਧਿਆਣੇ ਦੇ ਹੈਲਥ ਇਨਫਰਾਸਟ੍ਰਕਚਰ ਤੇ ਕੰਮ ਕਰਨ ਦੀ ਲੋੜ ਹੈ, ਲੁਧਿਆਣੇ ਦੀ ਜਿਹੜਾ ਵਰਕਰ ਹੈ ਇੱਥੇ ਲੇਬਰਰ, ਪੂਰਾ ਜੀਵਨ ਉੱਚਾ ਚੱਕਣ ਦੀ ਲੋੜ ਹੈ, ਇਹ ਤਮਾਮ ਮੁੱਦਿਆਂ ਤੇ ਔਰ ਐਜੂਕੇਸ਼ਨ ਤੇ ਕੰਮ ਕਰਨ ਦੀ ਲੋੜ ਹੈ। ਗੱਲਬਾਤ ਜਾਰੀ ਰੱਖਾਂਗੇ, ਲੇਕਿਨ ਤਸਵੀਰਾਂ ਇੱਕ ਵਾਰ ਦਿਖਾਓ, ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਓ। ਰਾਜਾ ਵੜਿੰਗ ਇਸ ਵੇਲੇ ਔਰ ਲੁਧਿਆਣੇ ਜਦੋਂ ਪਹੁੰਚੇ ਨੇ ਤਾਂ ਵੈਲਕਮ ਉਹਨਾਂ ਦਾ ਕੀਤਾ ਜਾ ਰਿਹਾ ਵਾ, ਮਾਹੌਲ ਕਿਸ ਤਰੀਕੇ ਦਾ, ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਰਾਜਾ ਵੜਿੰਗ ਹੁਣ ਸੂਬੇ ਦੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹ ਇਸ ਵੇਲੇ ਲੁਧਿਆਣਾ ਪਹੁੰਚੇ ਨੇ ਟਿਕਟ ਮਿਲਣ ਤੋਂ ਬਾਅਦ, ਔਰ
ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਵਾ ਕਾਂਗਰਸ ਦੇ ਵਰਕਰਾਂ ਦੇ ਵਿੱਚ ਨਜ਼ਰ ਆ ਰਿਹਾ, ਕਾਂਗਰਸ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਜਿਹੜਾ ਨਜ਼ਰ ਆ ਰਿਹਾ, ਵੈਲਕਮ ਜਿਹੜਾ ਵਾ ਰਾਜਾ ਵੜਿੰਗ ਦਾ ਇਸ ਵੇਲੇ ਕੀਤਾ ਜਾ ਰਿਹਾ। ਤਸਵੀਰਾਂ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਹਾਂ।